ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਦੀ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਹੈ ਕਿ ਵਿਧਾਨ ਸਭਾ ਸਪੀਕਰ ਪਾਸੋਂ ਮੌਨਸੂਨ ਇਜਲਾਸ ਵਧਾਉਣ ਦੀ ਮੰਗ ਕੀਤੀ ਜਾਵੇਗੀ ਕਿਉਂਕਿ ਪੰਜਾਬ ਦੇ ਜੋ ਵੱਡੇ ਵੱਡੇ ਮੁੱਦੇ ਹਨ ਉਹਨਾਂ ਲਈ 2 ਦਿਨ ਦੇ ਇਜਲਾਸ ਦਾ ਸਮਾਂ ਬਹੁਤ ਘੱਟ ਹੈ। ਜੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ MLA ਅੱਜ ਮਿਲੇ ਆ ਔਰ ਅਸੀਂ BJP ਦੇ MLA ਸਾਹਿਬਾਨਾਂ ਨਾਲ ਵੀ ਗੱਲ ਕੀਤੀ ਆ ਔਰ ਅਸੀਂ ਸਪੀਕਰ ਸਾਹਿਬ ਤੋਂ ਟਾਈਮ ਲੈ ਰਹੇ ਹਾਂ ਕਿਉਂਕਿ ਅਸੀਂ ਇਹ ਗੱਲ ਪਹਿਲੇ ਦਿਨ ਵੀ ਕੀਤੀ ਸੀ ਕਿ ਜੋ ਪੰਜਾਬ ਦੇ ਇੰਪੋਰਟੈਂਟ ਭਗਤ ਦੇ ਮੁੱਦੇ ਨੇ ਉਹਨਾਂ ਦੇ ਵਾਸਤੇ 2 ਦਿਨ ਦਾ, ਅਸਲ 'ਚ ਤਾਂ 2 ਦਿਨ ਦਾ ਸੈਸ਼ਨ ਵੀ ਨਹੀਂ ਹੈ, 1 ਦਿਨ ਦਾ ਹੀ ਸੈਸ਼ਨ ਹੈ ਔਰ 1 ਦਿਨ ਦੇ ਸੈਸ਼ਨ 'ਚ ਤੁਸੀਂ ਜੋ ਲਾਅ ਐਂਡ ਆਰਡਰ ਦੀ ਸਥਿਤੀ ਬਣੀ ਪਈ ਹੈ, ਜਿਸ ਤਰ੍ਹਾਂ ਬੱਚੇ ਅਗਵਾ ਕੀਤੇ ਜਾ ਰਹੇ ਆ ਔਰ ਇਹਦੇ 'ਚ 0 ਰਿਜ਼ਲਟ ਆ ਰਿਹਾ, ਜਾਂ SC ਭਾਈਚਾਰੇ ਦੇ ਮੁੱਦੇ ਨੇ, SC ਸਕਾਲਰਸ਼ਿਪ ਦਾ ਮੁੱਦਾ ਹੈ, ਹੈਲਥ ਦੇ ਜਿਹੜੀ ਹੈਲਥ ਦੇ ਕਾਰਡ, ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਚੱਲਦੀ ਹੈ ਜਿਹ 'ਚ ਉਹ 5 ਲੱਖ ਰੁਪਏ ਦਿੰਦੇ ਆ, ਪੰਜਾਬ 'ਚ ਨਹੀਂ ਮਿਲ ਰਹੇ, ਜਾਂ ਜੋ ਹੜ੍ਹਾਂ ਨਾਲ ਪ੍ਰਭਾਵਿਤ ਜੋ ਸਾਡੇ ਕਿਸਾਨ ਜਾਂ ਖੇਤ ਮਜ਼ਬੂਰ ਹੋਏ ਆ ਉਹਨਾਂ ਨੂੰ ਨਾ ਤਾਂ 17 ਦਾ ਮੁਆਵਜ਼ਾ ਮਿਲਿਆ, ਨਾ 18 ਦਾ ਮਿਲਿਆ, 19 ਦੀ ਤਾਂ ਗੱਲ ਹੀ ਦੂਰ ਦੀ ਰਹਿ ਗਈ ਹੈ। ਇਸੇ ਤਰ੍ਹਾਂ ਜਿਹੜੇ ਮੁਲਾਜ਼ਮ ਵੀਰ ਨੇ ਉਹ ਮੁੱਦੇ ਨੇ, ਜਾਂ ਜਿਹੜੀ ਡੈਥਸ ਹੋ ਰਹੀਆਂ ਨੇ ਡਿਊ ਟੂ ਨਸ਼ਾ, ਉਹ ਇੱਕ ਬੜਾ ਵੱਡਾ ਮੁੱਦਾ ਹੈ। ਇਹ ਜੇ ਕਈ ਮੁੱਦੇ ਸਾਰੇ MLA ਸਾਹਿਬਾਨ ਚਾਹੁੰਦੇ ਆ ਕਿ ਇਹਦੇ 'ਤੇ ਡਿਸਕਸ਼ਨ ਹੋਵੇ, ਸਰਕਾਰ ਦੀ ਰਣਨੀਤੀ ਸਾਹਮਣੇ ਆਵੇ, ਕਿਉਂਕਿ ਜੇਲ੍ਹਾਂ 'ਚ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋ ਜਾਣੀਆਂ, ਮਨੁੱਖੀ ਅਧਿਕਾਰਾਂ ਨੂੰ ਧੱਜੀਆਂ ਉਡਾਈਆਂ ਜਾਣੀਆਂ, ਇਹ ਸਾਰੀ ਚੀਜ਼ਾਂ ਬਾਰੇ ਅਸੀਂ ਇੱਕ ਬੜੀ ਪਾਰਦਰਸ਼ਨੀ ਡਿਸਕਸ਼ਨ ਚਾਹੁੰਦੇ ਹਾਂ ਕਿ ਲੋਕਾਂ ਦੇ ਸਾਹਮਣੇ ਸੱਚ ਸਾਹਮਣੇ ਆਵੇ, ਮਗਰ ਉਹਦੇ 'ਚ ਡਿਸਕਸ਼ਨ ਦੀ ਲੋੜ ਹੈ। ਔਰ ਸਰਕਾਰ ਮੈਨੂੰ ਲੱਗਦਾ ਹੈ ਕਿ ਜੀ ਕਿਸੇ ਮੁੱਦੇ 'ਤੇ ਡਿਸਕਸ਼ਨ ਚਾਹ ਨਹੀਂ ਰਹੀ ਹੈ ਔਰ ਉਹ SC ਸਕਾਲਰਸ਼ਿਪ ਤੋਂ ਲੈ ਕੇ ਆ ਮਨਰੇਗਾ ਦੇ ਮੁੱਦਿਆਂ ਤੋਂ ਲੈ ਕੇ ਹਰ ਚੀਜ਼ ਇੱਕ ਮੁੱਦਾ ਬਣਿਆ ਪਿਆ। ਔਰ ਮੈਂ ਸਮਝਦਾ 117 MLAਆਂ ਦਾ ਇਹ ਹੱਕ ਹੈ ਕਿ ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਾਂ, ਲੋਕਾਂ ਦੀ ਗੱਲ ਵਿਧਾਨ ਸਭਾ 'ਚ ਜੇ ਨਹੀਂ ਰੱਖ ਸਕਦੇ, ਸਰਕਾਰ ਸੁਣ ਨਹੀਂ ਸਕਦੀ, ਜਾਂ ਸਰਕਾਰ ਉਹਦਾ ਜਵਾਬ ਦੇਣਾ ਨਹੀਂ ਚਾਹੁੰਦੀ, ਤਾਂ ਉਹ ਵੀ ਫਿਰ ਸਪਸ਼ਟ ਹੋਵੇ ਲੋਕਾਂ 'ਚ ਕਿ ਸਰਕਾਰ ਸਾਰੇ ਮੁੱਦਿਆਂ ਤੋਂ ਭੱਜ ਗਈ ਹੈ। ਬੇਰੋ ਦੇਖੋ, ਇੱਕ ਕਿਸਾਨ ਖੁਦਕੁਸ਼ੀ ਰੁਕ ਨਹੀਂ ਰਹੀ, ਹੁਣ ਨਵਾਂ ਕੰਮ ਸ਼ੁਰੂ ਹੋ ਗਿਆ ਕਿ ਬੇਰੋਜ਼ਗਾਰ ਮੁੰਡੇ ਖੁਦਕੁਸ਼ੀ ਸ਼ੁਰੂ ਕਰਤੀ ਹੈ ਕਰਨੀ, ਕਿਉਂ? ਕਿਉਂਕਿ ਉਹਨਾਂ ਨੂੰ ਘਰ ਘਰ ਨੌਕਰੀ ਦਾ ਲਾਰਾ ਲਾਇਆ ਗਿਆ ਸੀ। ਅੱਜ ਜਗਸੀਰ ਦਾ ਹੀ ਕੇਸ ਹੈ, ਜਿਹੜਾ ਬੰਦੇ ਨੇ MA ਵੀ ਕੀਤੀ, UGC ਕਲੀਅਰਡ, TET ਕਲੀਅਰਡ, SC ਭਾਈਚਾਰੇ ਨਾਲ ਸੰਬੰਧਿਤ ਮਿਹਨਤ ਕਰਕੇ, ਪਰਿਵਾਰ ਨੇ ਦਿਹਾੜੀਆਂ ਕਰਕੇ ਉਹਨੂੰ ਐਜੂਕੇਟ ਕੀਤਾ ਔਰ ਫਰਸਟ੍ਰੇਸ਼ਨ 'ਚ ਅੱਜ ਉਹ ਆਪਦੀ ਸੁਸਾਈਡ ਕਰ ਗਿਆ, ਮਗਰ ਸਰਕਾਰ ਦਾ ਕੋਈ ਉਹਦੇ 'ਚ ਪੋਜ਼ਿਟਿਵ ਰਿਸਪੋਂਸ।